जोराबाद ऑफिसर बंदे स्पेशल होस्ट पावन फरूक साहब अब्दुरमान साहब फरूक अब्दुरमान मौजम तसली के वीडियो अपनी स्लिप कटी नी अपना वोट कास्ट करके ना अगले सीन तुम बाद ही दिखाना पहले अपना मैं वोट कास्ट कर मैं अपना ताजा ताजा वोट बिल्कुल पा छोड़िया फ्री हो गया हूं मैं तुम वीडियो दिखाया बिल्कुल जना वोट पा के आ गया ਹੁਣ ਤੁਹਾਨੂੰ ਸੀਨ ਤੁਹਾਨੂੰ ਸ਼ੇਅਰ ਕਰਨਾ ਹੈ ਤੇ ਇਥੇ ਇਲੈਕਸ਼ਨ ਬੂਥ ਤੋਂ ਖਲੋ ਕੇ ਵੀਡੀਓ ਵੀ ਸਟਾਰਟ ਕਰ ਗਿੰਦੇ ਆ ਮਜ਼ੀਦ ਦੋ ਤਰੇ ਪਰਚੇ ਕਰਾਉਣੇ ਨੇ ਉਹ ਵੀ ਕਟਵਾ ਗਿੰਦੇ ਸ਼ਫੀਕ ਉਲ ਹਸਨ ਅਸਲਾਮ ਅਲੈਕੁਮ ਕਿਆ ਜੀ ਠੀਕ ਹੈ ਤੇ ਬੇਸ ਠੀਕ ਹੈ ਮੈਂ ਮੁਹੰਮਦ ਜ਼ੀਸ਼ਾਨ ਅਦਰ ਤੁਸਨ ਦੇ ਯੂਟਿਊਬ ਚੈਨਲ ਡਰਾਈਵਰ ਮੁੰਡਾ ਫੇਸਬੁੱਕ ਪੇਜ ਡਰਾਈਵਰ ਮੁੰਡਾ 2 ਮੈਂ ਆਪਣਾ ਵੋਟ ਬਿਲਕੁਲ ਜਲਦੀ ਜਲਦੀ ਕਾਸਟ ਕਰਕੇ ਆ ਗਿਆ ਕਿਉਂਕਿ ਹਾਲੇ ਮੈਂ ਕਿ ਨਾਸ਼ਤਾ ਨੁਸ਼ਤਾ ਕਰਨਾ ਜਿਵੇਂ ਉੱਠਿਆ ਪੋਸਟਾਂ ਕੰਪਲੀਟ ਹੋਈਆਂ ਮੈਂ ਕਿ 9 ਵਜੇ 30 ਮਿੰਟ ਦੇਰ ਮੈਂ ਕਿ ਵੋਟ ਪਾਗਨਾ ਵੋਟ ਪਾਉਣ ਤੋਂ ਬਾਅਦ ਅਗਲੇ ਤੁਸਨ ਸੀਨ ਦੇਖਿਆ ਹੁਣ ਮੈਂ ਘਰ ਵੰਦ ਪੈ ਨਾਸ਼ਤਾ ਨੁਸ਼ਤਾ ਕਰੀਨਾ फ्रेश होकर बात असा थोड़ा रिपोर्ट दिखे इलेक्शन फिलहाल लोग वोट पेंदे पेन ते बात फाइनल रिजल्ट तो जेले आसी थोन नाल शेयर करसे फिलहाल अगली रूटीन और शेयर करिने दा दो के फ्रेश होके आने क्योंकि मैं वोट पाखने टाइम नाल बाद इस बात शायद भाई नहीं बंदा पहुंच सके जो देर हो गई वोट पावण तो बाद नाश्ता नुश्ता करिने धांधे धोने फ्रेश होने एक दो छोटे छोटे काम नौ करिने बात फाइनल रिपोर्ट पिछले टाइम आ दिखाए थोन इतों दी गुजरी पता लग सी पकौड़े भी ठीक हो गया ऐसा हूं तो नहीं ज्यादा सीन ना दिख सही है क्योंकि जेले को रिजल्ट आसी तो उस टाइम को शुगर मेले का सीन दिख सही है देखा रोंदे हैं हंसते हैं क्या उम्मीद है बिल्कुल अल्लाह के हुक्म ना इंशाल्लाह मेरा मेरा वोट तो तुम पता भी कहना चलो चलो इतना ही मैं तो गड्डी थोड़ी को मकला दे मैं तेरा भाई चस सवे मिले ये थप भाई यार कुछ चिल्लर कमावन है गरीब बंदे हैं मेहरबानी की थी करो राणे ने जनाब जनाब कमाओ कमाओ तो जो खैर करी अल्हम्दुलिल्लाह बस ये सर्दी वगैरह घन की थी से ते अगला सीन थोन दिखाने सीन असा असा नहीं बना देनो इंतजार च खलोते हैं फिर रिजल्ट आवन हाले तकरीबन हाले कोई ऊपर रानी मर्द तक कंप्लीट हो गए ने सारे बोलंग होते ते बाद इंशाल्लाह को फाइनल सीन दिखा रहे हैं ना अगर बिल्कुल कोई नंगे सारे दी वाले नींद पूरी की थी सर्विस वजह तो क्योंकि राज में नु पता है विशाम वीडियो बन वैसे आगे तदीन कोई ना समझे हूं मैं चंगा राज के सुत्ता खलोता टैट जना फ्रेश है तो हुनो इन समय दो कपड़े चेंज कर सा जेले को रिजल्ट आसी पर तुसे दे दे मेरे घरों ने आ गया ए वे के ऐसा रोमानी जैसा है वीडियो तो बनावनी है अलग जो थाने थाने क्षेत्र दे दे बनाऊं ना दे दे वीडियो तो बनावनी बनावनी गुड हो गया अगले सीन में मिल लेंगे एक तारा झलक दिखेगा मुकम्मल रिप्लाई
ਤੇ ਪਰਦੇਸੀ ਲੋਕਾਂ ਵਾਸਤੇ ਬੜੀ ਹੌਸਲਾ ਦੇ ਸਾਊਦੀ ਅਰਬ ਦਾ ਮੇਰਾ ਵੀਵਰ ਹੈ ਔਰ ਇਸ ਸਾਊਦੀ ਅਰਬ ਦੇ ਵੀਵਰ ਦਾ ਸਾਨੂੰ ਇਹ ਫਾਇਦਾ ਹੈ ਕਿ ਪਾਕਿਸਤਾਨੀ ਵੀਵਰ ਤੇ ਮੈਨੂੰ ਥੋੜੇ ਡਾਲਰ ਮਿਲਦੇ ਤੇ ਉੱਥੋਂ ਮੈਂ ਜ਼ਿਆਦਾ ਡਾਲਰ ਕਮਾਉਂਦਾ ਤੇ ਇਸ ਬਾਹਰ ਦੇ ਜਿਹੜੇ ਆਊਟ ਆਫ ਕੰਟਰੀ 'ਚ ਮੈਂ ਦੇਖਦੇ ਪਏ ਸਾਰਿਆਂ ਨੂੰ ਸ਼ਾਹ ਹੁਸੈਨ ਦੇ ਹੋਈ ਆਸੇ ਪਾਸੇ ਤੋਂ ਸਾਰਿਆਂ ਨੂੰ ਮੈਂ ਤਰਫ ਸਲਾਮ ਹੀ ਹੋ ਗਿਆ ਤੇ ਸਾਊਦੀ 'ਚ ਵੀ ਜਿਹੜੇ ਮੈਂ ਦੇਖਦੇ ਰਹਿੰਦੇ ਤੇ ਇਹ ਬੰਦਾ ਉੱਥੇ ਕਿਹੜੀ ਜਗ੍ਹਾ ਰਹਿੰਦੇ ਸਾਊਦੀ ਦੇ ਵਿੱਚ ਜੱਦ ਦੇ ਵਿੱਚ ਕਾਫੀ ਮੇਰੇ ਵੀਵਰਸ਼ਿਪ ਉੱਤੇ ਕਮੈਂਟਸ ਮੈਨੂੰ ਆਨੇ ਤੇ ਇਨਸ਼ਾਅੱਲਾ ਸਵੇਰੇ ਤੋਂ 8 ਵਜੇ ਸੀਨ ਅਸੀਂ ਤੇ ਪੇਜ ਤੁਰੀ ਤੱਕ ਰਹੇ YouTube ਤੇ ਕੋਸ਼ਿਸ਼ ਕਰੋ YouTube ਤੇ ਸ਼ੁਕਰੀਆ ਗੁੱਡ ਹੋ ਗਿਆ ਅਗਲੇ ਸੀਨ ਮਿਲਦੇ ਹਾਂ ਇਹ ਤੁਸੀਂ ਪਿੱਛੋਂ ਅੱਗੇ ਮੈਂ ਤੁਹਾਨੂੰ ਅੰਦਰ ਦੇ ਸੀਨ ਦਿਖਾਇਆ ਸਕੂਲ ਦੇ ਵਿੱਚ ਤੇ ਇਹ ਬਾਹਰ ਦੇ ਪਬਲਿਕ ਸਿਸਟਮ ਬੇਚੈਨ ਹੈ ਸਾਰੇ ਕੋਲ ਕੋਈ ਖਾਸ ਰਿਜ਼ਲਟ ਨਹੀਂ ਆਉਂਦਾ ਪਿਆ ਮੋਬਾਈਲਾਂ ਦੀ ਸਰਵਿਸ ਹੀ ਬੰਦ ਹਨ ਇਹਦੀ ਕੋਈ ਸਮਝ ਨਹੀਂ ਆਉਂਦੀ ਵੀ ਕਿਉਂ ਸਰਵਿਸ ਬੰਦ ਹਨ ਟਾਈਮ ਕਿਆ ਕਰੋ ਤਾਂ 9 ਵਜੇ ਅੱਗੇ ਇਸ ਟਾਈਮ ਮੈਂ ਵਲੋਗ ਐਕਸਪੋਰਟ ਕਰ ਛੋੜੀ ਨਾਮ ਸੁਮਨ ਦਾ ਟਾਈਮ ਸੀ ਮੇਰਾ ਹੁਣ ਐਕਸਪੋਰਟ ਨਹੀਂ ਕਰੀਂ ਦੇ ਪਏ ਕਿਉਂਕਿ ਅਸਾਂ ਦੇ ਫਾਈਨਲ ਰਿਜ਼ਲਟ ਫੋਨ ਸੁਣਾ ਦੇਵਾਂ ਲੇਕਿਨ ਮਨ ਲੱਗਦਾ ਹੀ ਨਹੀਂ ਵੀ ਸਾਨੂੰ ਐਕਸਪੋਰਟ ਕਰਕੇ ਅਪਲੋਡ ਕਰ ਦੇਣਾ ਚਾਹੀਦਾ ਪਤਾ ਨਹੀਂ ਕਿਸ ਟਾਈਮ ਇਹਨਾਂ ਦਾ ਰਿਜ਼ਲਟ ਆ ਸੀ ਤੇ ਕੀ ਹੋ ਸੀ ਕੀ ਨਾ ਹੋ ਸੀ ਤੇ ਸੁਣਾ ਕੇ ਐਂਡ ਕਰ ਦੇਵਾਂ ਜਾਂ ਵੇਟ ਕਰਾਂ ਐਂਡ ਕਰ ਦੇਵਾਂ ਚਲੋ ਅਸਾਂ ਸੋਚੀ ਨਹੀਂ ਜੇ ਐਂਡ ਕਰਨਾ ਤਾਂ ਐਂਡ ਕਰੀਨੇ ਤੇ ਜੋ ਕੋਈ ਇੱਥੇ ਤਾਂ ਫਿਲਹਾਲ 2-2.5 ਘੰਟੇ ਹੋਰ ਲੱਗ ਵੈਸੇ ਜੀ ਭਾਈ ਕੋਈ ਹੁਕਮ ਨਾ ਮਿਹਰਬਾਨ ਅੱਛਾ ਹਾਂ ਨਹੀਂ ਕਿਹਾ ਇਹ ਤਾਂ ਸਰ ਵੀਵਰ ਹੈ ਕੈਮਰਾਮੈਨ ਸਾਹਿਬ ਨੂੰ ਬੈਠ ਕੇ ਤੇ ਵਲੌਗ ਐਡਿਟ ਕਰੀਂਦੇ ਪਏ ਟਾਈਮ ਹੁੰਦਾ ਪਿਆ ਨੇ ਇਸ ਟਾਈਮ 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 ਕਿਆ ਹੈ ਟਾਈਮ ਟਾਈਮ ਓਹੋ ਕਲਿੱਕ ਹੀ ਨਹੀਂ ਹੋ ਰਿਹਾ ਯਾਰ 9:39 ਉਹ ਛੋਟਾ ਮੋਬਾਈਲ ਚਾਰਜਿੰਗ 'ਤੇ ਲੱਗਾ ਵੇ ਅਸਾਂ ਨਾ ਉੱਥੇ ਕਾਫੀ ਵੇਟ ਕੀਤਾ ਲੇਕਿਨ ਅਸਾਂ ਬਾਅਦ ਹੀ ਸੋਚਿਆ ਵੀ ਅਸਾਂ ਵਲੌਗਰ ਬਣੇ ਅਸਾਂ ਹੁਣ ਰੂਟੀਨ ਤੌਰ 'ਤੇ ਸ਼ੇਅਰ ਕਰਨੀ ਹੁੰਦੀ ਕਿਉਂਕਿ ਅਸਾਂ ਵਲੌਗ ਤਾਂ ਬਣਾਉਣਾ ਹੀ ਬਣਾਉਣਾ ਹੁੰਦਾ ਵਲੌਗ ਦਾ ਮਤਲਬ ਹੈ ਆਪਣੀ ਰੂਟੀਨ ਸ਼ੇਅਰ ਕਰਨੀ ਵੈਸੇ ਸਾਡਾ ਮਕਸਦ ਤਾਂ ਕੋਈ ਨਹੀਂ ਮਤਲਬ ਸਿਆਸਤ ਨਾਲ ਲੇਕਿਨ ਉਹਦੇ ਬਾਵਜੂਦ ਹੀ ਬਸ ਅੱਜ ਤਾਂ ਹਾਈ ਜੋ ਇਲੈਕਸ਼ਨ ਡੇ ਤਾਂ ਬਸ ਇਲੈਕਸ਼ਨ ਦੇ ਰਿਲੇਟਿਡ ਹੀ ਸਾਡੀ ਰੂਟੀਨ ਆਉਣੀ ਆਈ ਅਸਾਂ ਵੇਟ ਹੀ ਬੜਾ ਕੀਤਾ ਵਲੌਗ ਇਹ ਤੁਹਾਨੂੰ ਕੁਝ ਖਾਸ ਹੀ ਨਾ ਦਿਖਾ ਸਕੇ ਕਿਉਂਕਿ ਅਸਾਂਕੇ ਵੀ ਰਿਜ਼ਲਟ ਅੱਛਾ ਸੀ ਤੇ ਸ਼ਾਇਦ ਕੋਈ ਜਸ਼ਨ ਜੇ ਸ਼ੂਗਲ ਸ਼ੂਗਲ ਕਰੇ ਸਨ ਤਾਂ ਸ਼ਾਇਦ ਤੁਹਾਨੂੰ ਸ਼ੂਗਲ ਲਿਖ ਸਕਿਆ ਤੁਹਾਡੇ ਵਾਸਤੇ ਇੰਟਰਸਟ ਬਣਵੇ ਸੀ ਮਜ਼ਾ ਬਣਵੇ ਸੀ ਅਤੇ ਜਿਹੜਾ ਸਾਡਾ ਸ਼ਹਿਰ ਹੈ ਜਿੱਥੇ ਅਸਾਂ ਮਤਲਬ ਬੋਡਕਾਸਟ ਕਰੀਨੇ ਹੁੰਦੇ ਹਾਂ ਇਸ ਦੇ ਵਿੱਚ ਫਿਲਹਾਲ ਯਾਨੀ 9:36 ਹੋ ਗਏ ਅਤੇ ਹੁਣ ਲਾਸਟ ਵੋਟ 9:36 ਅਤੇ ਯਾਨੀ ਹੁਣ ਥੋੜ੍ਹੀ ਦੇਰ ਪਹਿਲੇ ਮੈਂ ਹੁਣ ਐਡੀਟਿੰਗ ਰੂਮ ਵਿੱਚ ਆ ਬੈਠਾਇਆ ਯਾਨੀ ਕਿ ਅੱਧਾ ਘੰਟਾ ਹੋ ਗਿਆ ਸੀ ਜਾਂ 20 ਮਿੰਟ ਸੀ ਗਏ ਸਨ ਅਤੇ ਲਾਸਟ ਪੋਸਟ ਕਾਰਡ ਮੈਂ ਜਿਹੜਾ ਖਾਣਾ ਖਾਣ ਆਈ ਜਿਹੜੇ ਔਫਿਸਰ ਹਨ ਜਿਹੜੇ ਔਫਿਸਰ ਸਾਹਿਬ ਹਨ ਜਾਂ ਜਿਤਨਾ ਅਮਲਾ ਆਈ ਜਿਹੜੇ ਏਜੰਟ ਸਾਹਿਬ ਹਨ ਉਹਨਾਂ ਖਾਣਾ 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 ਖਾ ਕੇ ਬਸ ਗਿਣਤੀ ਮਤਲਬ ਕਰਨੀ ਹੈ ਉਸ ਤੋਂ ਬਾਅਦ ਬਸ ਫਾਈਨਲ ਰਿਜ਼ਲਟ ਆ ਸੀ ਮਕਸਦ ਗੱਲ ਦਾ ਹੈ ਕਿ 1:30 ਵਜੇ 12 ਵਜੇ ਤਾਂ ਸਾਹਿਬ ਜਿਹੜੇ ਉਸ ਲਈ ਕਹਿ ਵੀ ਕੁਝ ਨਹੀਂ ਕਰਨਾ ਸਵੇਰੇ ਸਹੀ ਜ਼ਬਰਦਸਤ ਕੋਈ ਆਪਣੀ ਖੁਸ਼ੀ ਮਨਾ ਸਹੀ ਹੈ ਜਿਹੜੀ ਪਾਰਟੀ ਵੀ ਜਿੱਤ ਸੀ ਯਾਰ ਸੀ ਉਹ ਤਾਂ ਮਤਲਬ ਉਹਨਾਂ ਦਾ ਆਪਣਾ ਇੱਕ ਪਰਫੋਰਮੈਂਸ ਤਾਂ ਹੋਣਾ ਤਾਂ ਉਹ ਤੁਹਾਨੂੰ ਸਵੇਰੇ ਅਸਾਂ ਦਿਖ ਸਹੀ ਹਾਂ ਫਿਲਹਾਲ ਸਾਡਾ ਦਿਲ ਕਿਹਾ ਵੀ ਆਪਣਾ ਐਡੀਟਿੰਗ ਕਰਕੇ ਨਾ ਇਹ ਵਲੌਗ ਤੁਹਾਨੂੰ ਦਿਖਾ ਦੇਵਾਂ ਕੈਮਰਾਮੈਨ ਸਾਹਿਬ ਨੇ ਐਡਿਟ ਕੀਤੀ ਬੈਠੇ ਐਕਸਪੋਰਟ ਕਰਕੇ ਅਤੇ ਪੇਸ਼ ਕਰੀਂ ਅੱਜ ਦੀ ਵੀਡੀਓ ਐਂਡ ਕਰੀਂ ਦਮੀ ਮਿਲਦਾ ਦਮੀ ਤੱਕ ਬਾਏ